ਤੁਸੀਂ ਤਸਵੀਰਾਂ ਦੇਖ ਰਹੇ ਆ ਜੀ। ਰਾਤ ਨਾ ਜਿਹੜਾ ਐਕਸੀਡੈਂਟ ਹੋਇਆ ਆ, ਇੱਕ ਜਿਹੜੀ ਬ੍ਰਿਜ ਆ ਗੱਡੀ ਆ ਉਹ ਸਿੱਧੀ ਗੱਡੀ ਆ ਕੇ ਜਿਹੜੀ ਹਰਿਆਣੇ ਵਾਲੇ ਇਹਨਾਂ ਨੇ ਕਿਸੇ ਸਾਡੇ ਕਿਸਾਨ ਵੀਰਾਂ ਨੇ ਛੰਦ ਬਣਾਈ ਸੀ ਉਹਦੇ ਉੱਤੇ ਚੜ ਗਈ। ਰਾਤ ਤਕਰੀਬਨ 2 ਵਜੇ ਸੀਗੇ ਪਰ ਕੋਈ ਨੁਕਸਾਨ ਨਹੀਂ ਹੋਇਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬ੍ਰਿਜ ਆ ਗੱਡੀ ਜਿਹੜੀ ਆ ਕਾਫੀ ਨੁਕਸਾਨ ਹੋਇਆ ਆ ਉਸਨੂੰ। ਹੋ ਸਕਦਾ ਸੀ ਕੋਈ ਜਾਨੀ ਨੁਕਸਾਨ ਹੋ ਜਾਂਦਾ ਜੇਕਰ ਇੱਥੇ ਕੋਈ ਸੁੱਤਾ ਹੁੰਦਾ। ਐਕਸੀਡੈਂਟ ਕਿੱਦਾਂ ਹੋਇਆ ਇਹੋ? ਅੱਛਾ ਜੀ, ਐਕਸੀਡੈਂਟ ਕਿੱਦਾਂ ਹੋਇਆ ਭਾਅ ਜੀ ਇਹ? ਬੈਰੀਕੇਡ ਰੋਡ ਦੇ ਉੱਤੇ ਬੈਰੀਕੇਡ ਪਿਆ ਸੀਗਾ। ਜਿਹੜਾ ਬੈਰੀਕੇਡ ਤੁਸੀਂ ਦੇਖ ਸਕਦੇ ਅੰਦਰ ਪਿਆ, ਬੈਰੀਕੇਡ ਰੋਡ ਦੇ ਉੱਤੇ ਪਿਆ ਸੀਗਾ। ਅੱਗੇ ਵੀ ਅਸੀਂ ਕਾਫੀ ਬੇਨਤੀਆਂ ਕਰ ਚੁੱਕੇ ਹਾਂ ਕਿ ਜਿਹੜੀਆਂ ਇਸ ਰੋਡ ਦੇ ਉੱਤੇ ਜਿਹੜੀਆਂ ਗੱਡੀਆਂ ਚੱਲਦੀਆਂ ਉਹਨੂੰ ਬੰਦ ਕੀਤਾ ਜਾਵੇ। ਪਹਿਲਾਂ ਤਾਂ ਕਾਫੀ ਟਰਾਲੇ ਚੱਲਦੇ ਸੀਗੇ, ਹੋ ਸਕਦਾ ਕਿ ਰਾਤ ਨੂੰ ਕੋਈ ਵੱਡਾ ਐਕਸੀਡੈਂਟ ਹੋ ਜਾਵੇ। ਜਦੋਂ ਰਾਤ ਨੂੰ ਹਾਈ ਸਪੀਡ 'ਤੇ ਟਰਾਲੇ ਚੱਲਦੇ ਆ, ਬੱਸਾਂ ਚੱਲਦੀਆਂ ਆ, ਕਿਸੇ ਦੀ ਬ੍ਰੇਕ ਫੇਲ ਹੋ ਗਈ ਤਾਂ ਵੱਡਾ ਜਾਨੀ ਮਾਲ ਨੁਕਸਾਨ ਹੋ ਸਕਦਾ। ਪਰ ਹੋ ਸਕਦਾ ਅਸੀਂ ਠੀਕ ਰਹੇ ਹੋਵੋ, ਕੋਈ ਨਾ ਜਦੋਂ ਤੱਕ ਬੰਦਾ ਮਰ ਜਾਵੇ ਫਿਰ ਹੀ ਅਸੀਂ ਕੋਈ ਐਕਸ਼ਨ ਲਈਏ। ਹੁਣ ਵੀ ਕਾਫੀ ਤੁਸੀਂ ਦੇਖ ਸਕਦੇ ਆ ਗੱਡੀਆਂ ਆਉਂਦੀਆਂ ਪਿੱਛਿਓਂ, ਜਿਹੜੀਆਂ ਕਿ ਕੱਲ੍ਹ ਨੂੰ ਕੋਈ ਜਾਨੀ ਮਾਲ ਲਈ ਨੁਕਸਾਨ ਕਰ ਸਕਦੀਆਂ। ਗੱਡੀ ਤੁਸੀਂ ਨੁਕਸਾਨ ਦੇਖ ਸਕਦੇ ਕਿੰਨੇ ਆ। ਕਿਸਾਨ ਵੀਰਾਂ ਨੇ ਬਾਹਰ ਬੈਰੀਕੇਡ ਲਾਇਆ ਹੋਇਆ ਸੀ, ਉਹ ਬੈਰੀਕੇਡ ਤੋੜ ਕੇ ਉਹ ਬੈਰੀਕੇਡ ਅੰਦਰ ਭਰ ਗਿਆ। ਜੇਕਰ ਉਹ ਬੈਰੀਕੇਡ ਨਾ ਲੱਗਾ ਹੁੰਦਾ ਤਾਂ ਹੋ ਸਕਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ। ਹਾਂਜੀ, ਸੱਟ ਜੋੜ ਤਾਂ ਨਹੀਂ ਲੱਗੀ ਕਿਸੇ ਦੇ? ਤੁਹਾਨੂੰ ਅੱਗੇ ਵੀ ਲੱਗਦਾ ਕਿ ਇੱਥੇ ਬੰਦ ਕਰਨਾ ਚਾਹੀਦਾ ਜਿਹੜਾ ਇਹ ਰਸਤਾ ਹੁੰਦਾ ਆ ਇੱਧਰ ਨੂੰ? ਅੱਗੇ ਜਿੱਦਾਂ ਬੰਦ ਸੀਗਾ ਪਹਿਲਾਂ ਸਿਰਫ ਝੰਡੇ ਵਾਲੀ ਗੱਡੀ ਅੱਗੇ ਆਉਂਦੀ ਸੀਗੀ। ਤੁਸੀਂ ਦੇਖੀਆਂ ਤਸਵੀਰਾਂ ਕਿ ਰਾਤ ਦੇ ਕਰੀਬ 3 ਵਜੇ ਦੇ ਕਰੀਬ ਐਕਸੀਡੈਂਟ ਹੋਇਆ ਆ ਇਸ ਰੋਡ ਤੋਂ। ਕਈ ਜਿਹੜੇ ਰਾਤ ਨੂੰ ਸ਼ਰਾਬ ਪੀ ਕੇ ਜਾਂ ਹੋਰ ਵਾਹਨ ਚਲਾਉਂਦੇ ਆ ਤੇ ਕਾਫੀ ਬਹੁਤ ਜ਼ਿਆਦਾ ਸਪੀਡ ਹੁੰਦੀ ਆ, ਜਿਹਦੇ ਕਾਰਨ ਅੱਜ ਤਾਂ ਸਿਰਫ ਚਲੋ ਸੱਟ ਚੋਟ ਲੱਗੀ ਆ, ਹੋ ਸਕਦਾ ਆ ਕਿਸੇ ਦਿਨ ਜਾਨੀ ਨੁਕਸਾਨ ਹੋਵੇ। ਇਸ ਵੱਲ ਧਿਆਨ ਦੇਣਾ ਚਾਹੀਦਾ ਆ ਕਿ ਜਿਹੜਾ ਇਸ ਰੋਡ ਦੇ ਉੱਤੇ ਗੱਡੀਆਂ ਚੱਲਦੀਆਂ ਪਈਆਂ ਆ ਉਹਨਾਂ ਦੀ ਜਾਂ ਤਾਂ ਸਪੀਡ ਘੱਟ ਕੀਤੀ ਜਾਵੇ ਜਾਂ ਉਹਨਾਂ ਨੂੰ ਰੋਕਿਆ ਜਾਵੇ, ਕਿਉਂਕਿ ਰੋਡ ਦੇ ਉੱਤੇ ਲੋਕ ਬੈਠੇ ਹੋਏ ਆ। ਤੁਸੀਂ ਦੇਖ ਸਕਦੇ ਆ ਰੋਡ ਦੇ ਉੱਤੇ ਬਿਲਕੁਲ ਲੋਕ ਇਸੇ ਤਰ੍ਹਾਂ ਹੀ ਸੌਂਦੇ ਆ। ਹੋ ਸਕਦਾ ਕੱਲ੍ਹ ਨੂੰ ਕੋਈ ਗੱਡੀ ਆਵੇ ਜਾਂ ਕੋਈ ਤੇਜ਼ ਵਾਹਨ ਆਵੇ ਤੇ ਆ ਕੇ ਇਹਨਾਂ ਉੱਤੇ ਚੜ੍ਹਾ ਦੇਵੇ, ਫਿਰ ਅਸੀਂ ਦੇਖਾਂਗੇ ਜੀ ਕਿ ਨੁਕਸਾਨ ਹੋ ਗਿਆ। ਉਸ ਤੋਂ ਪਹਿਲਾਂ ਹੀ ਸਾਨੂੰ ਐਕਸ਼ਨ ਲੈਣਾ ਚਾਹੀਦਾ ਆ, ਇਹਨਾਂ ਗੱਡੀਆਂ ਨੂੰ ਬੰਦ ਕਰਨਾ ਚਾਹੀਦਾ ਆ, ਕਿਉਂਕਿ ਇਹ ਮੋਰਚਾ ਹੁਣ ਥੋੜ੍ਹੇ ਸਮੇਂ ਦਾ ਨਹੀਂ, ਮੋਰਚਾ ਕਾਫੀ ਲੰਬਾ ਸਮੇਂ ਚੱਲੇਗਾ ਅਤੇ ਇਸ ਲਈ ਸਾਨੂੰ ਅੱਗੇ ਤੋਂ ਵੀ ਆਪਣਾ ਜਿਹੜਾ ਖਿਆਲ ਰੱਖਣਾ ਪੈਣਾ ਆ ਆਉਣ ਵਾਲੇ ਟਾਈਮ ਵਿੱਚ। ਤੁਹਾਡੇ ਤੱਕ ਹੋਰ ਇਹੋ ਜਿਹੀਆਂ ਵੀਡੀਓ ਪਹੁੰਚਾਉਂਦੇ ਰਹਾਂਗੇ। ਧੰਨਵਾਦ।